ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਸਰਦਾਰ ਮਹਿੰਦਰ ਸਿੰਘ ਜੀ, ਮੈਂਬਰ ਸਫਤਰਜੰਗ ਤੋਂ। ਇਹ ਜੋ ਪੰਜ ਸਿੰਘ ਸਭਾ ਦੇ ਮੈਂਬਰ ਹੁੰਦੇ ਆ, ਉਹਨਾਂ ਦੇ ਵਿੱਚੋਂ ਇੱਕ ਨੂੰ, ਦੋ ਨੂੰ, ਤਿੰਨ ਨੂੰ, ਚਾਰ ਨੂੰ ਚੁਣਿਆ ਜਾਂਦਾ, ਤਾਂ ਉਹ ਸਿੰਘ ਸਭਾ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਆ। ਜਦੋਂ ਅਸੀਂ ਇਹ ਖੇਤਰ 'ਚ ਆ ਕੇ ਗੱਲਬਾਤ ਇਹਨਾਂ ਬਾਰੇ ਕਰਦੇ ਹਾਂ, ਤਾਂ ਲੋਕ ਸਾਨੂੰ ਦੱਸਦੇ ਆ ਕਿ ਭਾਈ ਸਾਹਿਬ ਦਾ ਜਿਹੜਾ ਸੁਭਾਅ ਹੈ, ਜਿਹੜੀ ਸੇਵਾ ਹੈ, ਉਹ ਆਪਣੇ ਪਿਤਾ ਦੀ ਤਰ੍ਹਾਂ ਹੀ ਨਿਰਪੱਖ ਹੋ ਕੇ ਲੋਕਾਂ ਦੇ ਸਹਿਯੋਗ ਨਾਲ ਕਰਦੇ ਆ। ਨਾ ਇਹ ਜਾਤ ਪਾਤ 'ਚ ਜ਼ਿਆਦਾ ਵਿਸ਼ਵਾਸ ਰੱਖਦੇ, ਨਾ ਕਿਸੇ ਨੂੰ ਮਾੜਾ ਚੰਗਾ ਕਹਿਣ 'ਤੇ ਵਿਸ਼ਵਾਸ ਰੱਖਦੇ। ਗੱਲ ਇਸ ਗੱਲ 'ਤੇ ਰੱਖਦੇ ਕਿ ਸਿੱਖੀ ਕਿਸ ਤਰੀਕੇ ਨਾਲ ਅੱਗੇ ਵਧੇ, ਆਪਾਂ ਸਿੱਖੀ ਦੀ ਕਿੱਦਾਂ ਸੇਵਾ ਕਰ ਸਕਦੇ, ਕਿੱਦਾਂ ਬੱਚਿਆਂ ਨੂੰ ਆਪਣੀ ਗੁਰਸਿੱਖੀ ਨਾਲ, ਬਾਣੀ ਨਾਲ ਅਤੇ ਸੇਵਾ ਨਾਲ ਜੋੜ ਸਕਦੇ। ਭਾਈ ਸਾਹਿਬ ਜੀ, ਤੁਹਾਡਾ ਜੱਥੇਦਾਰ ਟੀਵੀ 'ਤੇ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਭਾਈ ਸਾਹਿਬ ਜੀ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਗੁਰੂ ਘਰ ਦੀ ਸੇਵਾ 'ਚ ਆਏ ਹਾਂ, ਅਤੇ ਤੁਸੀਂ ਸਿੱਖੀ ਦੇ ਉੱਤੇ ਕਿੰਨਾ ਪ੍ਰਚਾਰ ਕੀਤਾ? ਸਿੱਖੀ ਲਈ ਸਭ ਤੋਂ ਵੱਡੀ, ਅਸੀਂ ਆਪਣੇ ਇਲਾਕੇ 'ਚ ਸਾਡੇ ਸਤਸੰਗ ਲੇਵ 'ਚ ਗੁਰਦੁਆਰਾ ਸਾਹਿਬ ਸੀਗੇ, ਇੱਕ ਤਕਰੀਬਨ 30-40 ਸਾਲ ਤੋਂ ਬਿਲਡਿੰਗ ਪੁਰਾਣੀ ਹੋ ਰਹੀ ਸੀ, ਅਤੇ ਅਸੀਂ ਸਾਰੀ ਸੰਗਤ ਦੇ ਨਾਲ ਮਿਲ ਕੇ, ਜਿੰਨੇ ਛੋਟੇ ਵੱਡੇ ਜਿੰਨੇ ਸੰਗਤਾਂ ਲੈ ਕੇ, ਸਾਰਿਆਂ ਨੂੰ ਨਾਲ ਲੈ ਕੇ, ਅਸੀਂ ਸਭ ਤੋਂ ਪਹਿਲਾਂ ਆਪਣੀ ਉਸਾਰੀ ਦਾ ਸਭ ਤੋਂ ਵੱਡਾ ਜਿਹੜਾ ਆਪਣੇ ਇੱਥੇ ਸਿੱਖੀ ਲਈ ਚਾਹੀਦਾ ਸੀ, ਗੁਰਦੁਆਰਾ ਨਹੀਂ ਸੀ, ਛੋਟਾ ਸੀ ਪੈਂਦਾ, ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਉਸੀ ਤੋਂ ਕੀਤੀ ਕਿ ਅਸੀਂ ਇਹਨੂੰ ਬਣਾਉਣਾ ਸ਼ੁਰੂ ਕੀਤਾ। ਅਸੀਂ ਸਾਲ ਦੇ ਵਿੱਚ, ਸਵਾ ਸਾਲ ਦੇ ਵਿੱਚ ਵੀ ਅਸੀਂ ਪੂਰੀ, ਮਤਲਬ ਕਿ ਬੇਸਮੈਂਟ ਔਫ ਗਰਾਊਂਡ ਫਲੋਰ ਤੱਕ ਲੈ ਕੇ ਅਸੀਂ ਫਸਟ ਫਲੋਰ ਵੀ ਚੱਲ ਪਏ ਹਾਂ। ਜਿੰਨਾ ਸੰਗਤਾਂ ਦਾ ਸਹਿਯੋਗ ਆਉਂਦਾ, ਕਿਉਂਕਿ ਜਿੰਨੀ ਸੰਗਤਾਂ ਹੈਗੀਆਂ, ਉਹ ਸਾਡੀ ਸੇਵਾ, ਸਾਡਾ ਪਿਆਰ, ਮਿਲਣਸਾਰ ਸੁਭਾਅ ਦੇਖ ਕੇ ਆਪੇ ਜੁੜਦੀਆਂ। ਅਸੀਂ ਹੁਣ ਇੱਥੇ ਹਰ ਸੈਕਿੰਡ ਸੈਟਰਡੇ, ਫੋਰਥ ਸੈਟਰਡੇ ਪ੍ਰੋਗਰਾਮ ਕਰਾਈਦਾ, ਜਿਸ 'ਚ ਵੱਧ ਤੋਂ ਵੱਧ ਬੱਚੇ ਬਹੁਤ ਆਉਂਦੇ ਆ। ਬੱਚੇ ਆਪਣੇ ਆਪ ਹੀ ਸੇਵਾ ਕਰਦੇ, ਸਾਨੂੰ ਲੋਕਾਂ ਨੂੰ, ਸਾਨੂੰ ਵੱਡਿਆਂ ਨੂੰ ਕਹਿਣਗੇ ਤੁਸੀਂ ਰੁਕੋ ਅੰਕਲ, ਅਸੀਂ ਆਪੇ ਸੇਵਾ ਕਰਦੇ ਹਾਂ। ਸ਼ਾਮ ਦੀ ਇੱਥੇ ਰੋਜ਼ ਦਾ ਪ੍ਰੋਗਰਾਮ ਆਉਂਦਾ, ਤਾਂ ਉਹਦੇ ਵਿੱਚ ਸੁਖਾਸਨ ਸਿੰਘ ਜਿਹੜੇ, ਉਸ ਤੋਂ ਬਾਅਦ ਜਿਹੜੀ ਆਰਤੀ ਕਰਦੇ ਆ, ਸਾਰੇ ਬੱਚੇ ਉਹ ਆਪੇ, ਛੋਟੇ ਛੋਟੇ ਬੱਚੇ, 4-4, 5-5 ਸਾਲ ਦੇ, ਉਹ ਸਾਰੇ ਉਹ ਸੇਵਾ ਕਰਦੇ ਆ। ਸਾਡੇ ਤੋਂ ਉੱਚੀ ਆਵਾਜ਼ 'ਚ ਉਹ ਕੀਰਤਨ ਗਾਇਨ ਕਰਦੇ ਨੇ, ਅਤੇ ਰਾਤ ਦੀ ਸੇਵਾ ਸਾਰੀ ਉਹੀ ਕਰਦੇ ਆ। ਅਤੇ ਅਸੀਂ ਵੀ ਕੋਸ਼ਿਸ਼ ਪੂਰੀ ਕਰਦੇ ਹਾਂ ਕਿ ਵੀ ਜਿੰਨੀ ਤੋਂ ਜ਼ਿਆਦਾ ਤੋਂ ਵੱਧ ਸੰਗਤ ਅਸੀਂ ਜੋੜੀਏ ਇੱਥੇ। ਇਸੀ ਚੱਕਰ 'ਚ ਅਸੀਂ ਸੰਗਤ ਨੂੰ ਜੋੜਨ ਦੇ ਲਈ ਅਸੀਂ ਹਰ ਮੈਕਸੀਮਮ ਪ੍ਰੋਗਰਾਮ ਕਰੀਦੀ ਹੈ ਕਿ ਵੀ ਸਾਡੀ ਇੱਥੇ ਦੇਖੀਏ ਸੰਗਤ ਜੁੜੇ, ਕਿਉਂਕਿ ਥੋੜ੍ਹਾ ਜਿਹਾ ਪਿਛਲੇ ਸਾਲ ਤੋਂ ਗੁਰਦੁਆਰਾ ਸਾਹਿਬ ਥੋੜ੍ਹਾ ਕੰਸਟਰਕਸ਼ਨ ਚੱਲ ਰਹੀ ਸੀਗੀ, ਤਾਂ ਹੁਣ ਇੰਨਾ ਵੀ ਹੋ ਗਿਆ ਕਿ ਸੰਗਤ ਜੁੜਨ ਲੱਗ ਗਈ ਹੈ ਸਾਡੀ ਦੁਬਾਰਾ, ਤੋਂ ਅਸੀਂ ਫਿਰ ਮੁੜ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਅਤੇ ਅਸੀਂ ਅੱਗੇ ਲੱਗੇ ਹਾਂ ਤਾਂ ਹੋਰ ਵੱਧ ਕੇ ਹੀ ਪ੍ਰੋਗਰਾਮ ਕਰਾਉਣ ਲੱਗੇ ਹਾਂ। ਵਿੱਚ ਕਿਹੜੇ ਕਿਹੜੇ ਮਨ ਦੇ ਵਿੱਚ ਮਨਸੂਬੇ ਹੈ ਕਿ ਅਸੀਂ ਬੱਚਿਆਂ ਵਾਸਤੇ ਇੱਧਰ ਕੋਈ ਸਕੂਲ ਲੱਭੀਏ ਵਧੀਆ ਜਿਹਾ, ਉਹਨਾਂ ਦੇ ਟੀਚੇ ਬੜੇ ਸਾਫ਼ ਸੁਥਰੇ, ਉਹਨਾਂ ਨੂੰ ਟਾਈਮ ਸਿਰ ਸੈਲਰੀਆਂ ਮਿਲੇ, ਤਾਂ ਜੋ ਕਿ ਸਾਨੂੰ ਇਹਦਾ ਨਾ ਖੜਨਾ ਪਵੇ ਕਿ ਸਾਡੇ ਸਕੂਲਾਂ ਦੇ ਰਿਜ਼ਲਟ ਬਹੁਤ ਘਟੀਆ ਜਾ। ਅਸੀਂ ਇੱਥੇ ਆਪਣੇ ਏਰੀਏ 'ਚ, ਆਪਣੇ ਜਿਹੜੇ ਗੁਰਦੁਆਰਾ ਸਾਹਿਬ ਇਹ 'ਚ ਵੀ ਅਸੀਂ ਬੱਚਿਆਂ ਨੇ ਵੇਖਿਆ ਸੀ, ਪਿਛਲੇ ਸਾਲ ਅਸੀਂ ਦਸਤਾਰ ਸਿਖਲਾਈ ਕੈਂਪ ਵੀ ਲਾਇਆ ਸੀ, ਫਿਰ ਬੱਚਿਆਂ ਨੂੰ, ਉਹਨਾਂ ਨੂੰ ਇਨਾਮ ਵੀ ਵੰਡੇ ਤਾਂ ਕਿ ਉਹ ਇੰਕ ਆਪਣੇ ਨੂੰ ਫਕਰ ਮਹਿਸੂਸ ਕਰਦੇ ਕਿ ਇੱਥੇ ਪਗੜੀਆਂ ਦੇ ਦਸਤਾਰਾਂ ਸਜਾਉਣੀਆਂ ਸਿਖਾ ਰਹੇ ਨੇ। ਅਸੀਂ ਕੈਂਪ ਲਾਇਆ, ਫਿਰ ਉਹਨਾਂ ਨੇ ਇਨਾਮ ਦਿੱਤੇ ਸਾਰਿਆਂ ਨੂੰ, ਇੱਕ ਦਿਨ ਸਾਰੇ ਬੱਚਿਆਂ ਦੇ ਪ੍ਰੋਗਰਾਮ ਵੀ ਕਰਾਇਆ ਸੀ। ਨਾ ਲੱਗੇ ਅਸੀਂ ਹੁਣ ਇੱਥੇ ਆਉਣ ਵਾਲੇ 'ਚ ਵੀ ਅਸੀਂ ਆਪਣੇ ਸਿੰਘ ਪੰਥ ਜਾਂ ਪੂਰੀ ਇੱਕ ਜਨ ਸੇਵਾ ਲਗਾ ਲਓ, ਅਸੀਂ ਆਪਣੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਸੋਚ ਰੱਖੀ ਹੋਈ ਹੈ ਕਿ ਅਸੀਂ ਇੱਥੇ ਡੇ OPD ਟਾਈਪ ਜਾਂ ਲੈਬ ਟੈਸਟ ਜਾਂ ਇਹੋ ਜਿਹੇ ਕੁਛ ਅਸੀਂ ਪ੍ਰੋਗਰਾਮ ਰੱਖੇ ਹੋਏ, ਨਾਲ ਬੱਚਿਆਂ ਨੂੰ ਕੋਈ ਕੰਪਿਊਟਰ ਕੋਰਸ ਜਾਂ ਇਹੋ ਜਿਹੇ ਜਿਹੜੇ ਆਪਣੇ ਸਿੱਖ ਕੌਮ ਦੇ ਜਾਂ ਜਿਹੜੇ ਬੱਚੇ ਬੰਦੇ ਕੋਈ ਵੀ ਹੋਣ ਜਿਹੜੇ ਆਪਣੇ ਇਲਾਜ ਕਰਨ ਲਈ ਦਿੱਕਤ ਆਉਂਦੀ ਹੈ, ਅਸੀਂ ਇੱਥੇ ਡੇ OPD ਟਾਈਪ ਦੀ ਇੱਥੇ ਸਿਸਟਮ ਬਣਾ ਰਹੇ ਹਾਂ। ਸਾਡੇ ਇੱਥੇ ਡਾਕਟਰ ਮਨਜੀਤ ਸਿੰਘ ਜੀ, ਉਹਨਾਂ ਨਾਲ ਵੀ ਗੱਲਬਾਤ ਹੋਈ, ਉਹ ਵੀ ਪੂਰਾ ਇੰਟਰਸਟ ਲੈਂਦੇ, ਤਾਂ ਉਹ ਕਹਿੰਦੇ ਵੀ ਤੁਸੀਂ ਜਗ੍ਹਾ ਬਣਾਓ ਅਤੇ ਅਸੀਂ ਵੀ ਇਸ ਸੇਵਾ 'ਤੇ ਜ਼ਰੂਰ ਹਿੱਸਾ ਪਾਵਾਂਗੇ। ਜੀ, ਅਸੀਂ ਜਾਣਨਾ ਚਾਹੁੰਦੇ ਵੀ ਇੱਕ ਹਵਾ ਸੀ ਉੱਠੀ ਦਿੱਲੀ ਦੇ ਵਿੱਚ,
ਪੰਥ ਏਕਤਾ ਦੀ, ਪੰਥ ਏਕਤਾ ਬਾਰੇ ਤੁਸੀਂ ਕੀ ਕਰਦੇ ਹੋ? ਪੰਥ ਏਕਤਾ ਦੇਖੋ ਇਸ ਤਰ੍ਹਾਂ ਹੈਗੀ ਹੈ, ਜੇ ਅਗਰ ਤੁਸੀਂ ਵੀ ਸਾਡੇ ਤੋਂ ਬਹੁਤ ਸਿਆਣੇ ਹੈਗੋ, ਅਗਰ ਅਸੀਂ ਮੁੱਠੀ ਬੰਦ ਰੱਖੀਏ ਤਾਂ ਅਸੀਂ ਉਹ ਮੁੱਕਾ ਬਣਦਾ, ਉਂਗਲਾਂ ਮੁੱਠੀ ਖੋਲੀਏ ਤਾਂ ਰੇਤ ਵੀ ਫਿਸਲ ਜਾਂਦੀ, ਅਤੇ ਅਸੀਂ ਅਗਰ ਇਕੱਲੇ ਇਕੱਲੇ ਹਰ ਜਗ੍ਹਾ ਲੜਾਂਗੇ। ਇਸ ਟਾਈਮ ਕੌਮੀ ਏਕਤਾ ਬਹੁਤ ਜ਼ਰੂਰੀ ਹੈ, ਖਾਸ ਕਰ ਆਪਣੇ ਸਿੱਖ ਪੰਥ ਵਾਸਤੇ, ਕਿਉਂਕਿ ਅਸੀਂ ਅਗਰ ਇਕੱਲੇ ਰਹਾਂਗੇ ਤਾਂ ਇਕੱਲੇ ਸਾਨੂੰ ਸਾਰੇ ਤੋੜ ਦਿੰਦੇ, ਔਰ ਸਰਕਾਰਾਂ ਚਾਹੇ ਕੋਈ ਵੀ ਹੋਣ, ਸਰਕਾਰਾਂ ਕਦੀ ਨਹੀਂ ਚਾਹੁੰਦੀਆਂ ਸਿੱਖ ਪੰਥ ਇਕੱਠਾ ਹੋਵੇ, ਉਹਨਾਂ ਦੀ ਕੋਸ਼ਿਸ਼ ਹੀ ਰਹਿੰਦੀ ਹੈ ਕਿ ਵੀ ਇਹ ਤਾਂ ਚਲੋ ਇੱਕ ਗਰੁੱਪ ਉਹਨਾਂ ਨਾਲ ਬਣਾਤਾ, ਇੱਕ ਉਹਨਾਂ ਨਾਲ ਬਣਾਤਾ, ਮਗਰ ਆਪਣੇ ਸਿੱਖ ਆਗੂਆਂ ਨੂੰ, ਸਿੱਖ ਪੰਥ ਨੂੰ, ਸਾਰਿਆਂ ਨੂੰ ਮਿਲ ਜੁੜ ਕੇ ਇੱਕ ਏਕਤਾ ਬਣਾਉਣੀ ਚਾਹੀਦੀ ਹੈ ਕਿ ਕਰ ਸਕਦੇ ਅਸੀਂ ਕੋਈ ਵੀ ਕੰਮ ਹੋਵੇ, ਸਿੱਖ ਪੰਥ ਦਾ ਕੋਈ ਵੀ ਮਸਲਾ ਹੋਵੇ, ਅਸੀਂ ਵੱਧ ਚੜ੍ਹ ਕੇ ਇਕੱਠੇ ਹੋ ਕੇ ਚੱਕੀਏ ਅਤੇ ਸਰਕਾਰ ਉਹਨਾਂ ਨੂੰ ਮਜਬੂਰ ਕਰੀਏ ਕਿ ਵੀ ਇਹ ਸਿੱਖ ਪੰਥ ਦੀ ਜਿਹੜੀ ਇਹਨਾਂ ਦੀ ਦਿੱਕਤਾਂ ਕਿਸੇ ਵੀ ਮੁੱਦੇ ਦਾ ਹੋਵੇ, ਮੁੱਦਾ ਸੋਲਵ ਕਰਨ। ਦੇਖੀ ਅਸੀਂ ਦੇਖਦੇ ਵੀ ਕਈ ਸਾਲਾਂ ਤੋਂ, ਅੱਜ ਤੋਂ ਨਹੀਂ ਕਈ ਸਾਲਾਂ ਤੋਂ, ਪੰਥ ਦੀ ਆਵਾਜ਼ ਨੂੰ ਚੱਕਣ ਨੂੰ, ਪੰਥ ਦੀ ਏਕਤਾ ਨੂੰ ਸਾਰੇ ਲੋਕ ਇਕੱਠੇ ਤਾਂ ਹੋ ਜਾਂਦੇ ਆ, ਜਦੋਂ ਪੰਜਾਬ ਦੇ ਨੌਜਵਾਨਾਂ ਦਾ ਮੁੱਦਾ ਆਉਂਦਾ ਤਾਂ ਜਾ ਕੇ ਅਸੀਂ ਉੱਥੇ ਜਾ ਕੇ ਫੇਲ ਹੋ ਜਾਂਦੇ। ਕੀ ਲੱਗਦਾ ਵੀ ਜਿਹੜੇ ਪੰਜਾਬ ਦੇ ਨੌਜਵਾਨ ਲੋਕ 30-30 ਸਾਲ ਤੋਂ 35-35 ਸਾਲ ਜੇਲ੍ਹਾਂ ਦੇ ਵਿੱਚ ਬੰਦ ਹੈ, ਕਿ ਉਹਨਾਂ ਨੂੰ ਅਸੀਂ ਇਕੱਠੇ ਹੋ ਕੇ ਸਰਕਾਰਾਂ 'ਤੇ ਦਬਾਅ ਪਾ ਕੇ ਅਸੀਂ ਉਹਨਾਂ ਨੂੰ ਜਿਤਾਈ? ਔਰ ਜਿਹੜੇ ਤੁਸੀਂ ਬੰਦੀ ਸਿੰਘਾਂ ਦੀ ਵੀ ਗੱਲ ਕਰਦੇ ਹੋ, ਸਾਡਾ ਸਭ ਤੋਂ ਮੇਨ ਮੁੱਦਾ ਸਿੱਖ ਕੌਮ ਦਾ, ਦੋ ਹੀ ਮੁੱਦੇ ਚੱਲ ਰਹੇ ਅੱਜ ਕੱਲ੍ਹ, ਕਿਸਾਨੀ ਅਤੇ ਬੰਦੀ ਸਿੰਘਾਂ ਦੀ। ਇਸ ਵਾਸਤੇ ਹਰ ਸਿੱਖ ਦਾ ਫਰਜ਼ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਮੁੱਦੇ ਦੇ ਉੱਤੇ ਲੜੀਏ, ਸਰਕਾਰਾਂ 'ਤੇ ਦਬਾਅ ਪਵਾਈਏ ਕਿ ਕਿਸੇ ਤਰੀਕੇ ਨਾਲ ਵੀ ਅਸੀਂ ਇਹ ਮੁੱਦੇ ਸੋਲਵ ਕਰੀਏ, ਕਿਉਂਕਿ ਜਿਹੜੇ ਸਿੱਖ ਕੌਮ ਦੀ ਇੰਨੀ ਦੇਰ ਦੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਔਰ ਕੁਰਬਾਨੀਆਂ ਨੂੰ ਵੀ ਮੱਦੇਨਜ਼ਰ ਸਿੱਖ ਪੰਥ ਦੇ ਸ਼੍ਰੋਮਣੀ ਕਮੇਟੀ ਵੀ ਕੇਸ ਲੜਦੇ ਹੁੰਦੇ, ਮਗਰ ਅਗਰ ਇਕੱਠੇ ਹੋਵਾਂਗੇ ਤਾਂ ਇਸ ਮੁੱਦੇ ਨੂੰ ਅਸੀਂ ਜਲਦ ਤੋਂ ਜਲਦ ਸੋਲਵ ਵੀ ਕਰਾ ਸਕਦੇ ਹਾਂ, ਅਗਰ ਇਕੱਠੇ ਨਹੀਂ ਹੋਵਾਂਗੇ ਤਾਂ ਕਿਸੇ ਨੇ ਗੱਲ ਨਹੀਂ ਸੁਣਨੀ। ਸਰਬੀਰ ਜੀ, ਸਾਨੂੰ ਇੱਕ ਖਬਰ ਮਿਲੀ ਹੈ ਪੰਜਾਬ ਤੋਂ ਇੱਕ ਖਬਰ ਮਿਲੀ ਹੈ ਕਿ ਜਿਹੜੇ ਅੰਮ੍ਰਿਤਪਾਲ ਜੀ ਸਨ, ਉਹਨਾਂ 'ਤੇ ਕੋਈ ਐਡਾ ਬੜਾ ਨੈਸ਼ਨਲ ਕੇਸ ਨਹੀਂ ਸੀ ਬਣਦਾ, ਉਹ ਤਾਂ ਸਿੱਖੀ ਦੀ ਗੱਲ ਕਰ ਰਹੇ ਸੀਗੇ, ਸਿੱਖੀ ਦੇ ਨਾਲ ਨੌਜਵਾਨਾਂ ਨੂੰ ਜੋੜਦੇ ਸੀਗੇ, ਉਹ ਸਾਰਿਆਂ ਨੂੰ ਇਹ ਗੱਲ ਕਹਿ ਰਹੇ ਸੀਗੇ ਕਿ ਸਿੱਖੀ ਪਹਿਲਾਂ ਅਪਣਾਓ, ਫਿਰ ਸਿੱਖੀ ਦੇ ਸਿਧਾਂਤ 'ਤੇ ਚੱਲੀਏ, ਫਿਰ ਅੱਗੇ ਜਾ ਕੇ ਅਸੀਂ ਕੁਛ ਕਰੀਏ। ਹਰਿਆਣੇ ਦਾ CM ਕਹਿੰਦਾ ਜੀ ਤੁਸੀਂ ਇੱਦਾਂ ਹੀ ਕਰਨਾ ਤਾਂ ਤੁਸੀਂ ਪਹਿਲਾਂ ਚੁਣਾਵ ਲੜ ਕੇ ਆਓ, ਫਿਰ ਆਪਣੀ ਬਾਹਾਂ ਸਿੱਧ ਕਰੋ, ਫਿਰ ਤੁਸੀਂ ਸਿੱਖੀ ਦੀ ਗੱਲ ਕਰੋ, ਤੁਸੀਂ ਕੀ ਕਰੋਗੇ? ਦੇਖੋ, ਸਿੱਖੀ ਨੂੰ ਸਾਬਿਤ ਕਰਨ ਲਈ ਕੋਈ ਚੁਣਾਵਾਂ ਦੀ ਲੋੜ ਨਹੀਂ ਹੈ। ਇਸ ਜਿਹੜੇ ਵੀ ਇਹ ਕੇਸ ਫਸ ਰਹੇ ਆ, ਸਾਰੇ ਪੋਲੀਟੀਕਲ ਪ੍ਰੈਸ਼ਰ, ਪੋਲੀਟੀਕਲੀ ਇੰਪਲੀਮੈਂਟ ਹੈਗੀ ਹੈ ਕਿ ਵੀ ਕਿਸ ਨੂੰ ਕਿਸ ਤਰ੍ਹਾਂ ਤੰਗ ਕਰੇ, ਮੇਨ ਮੁੱਦਾ ਕਿ ਸਿੱਖ ਕਿਤੇ ਇਕੱਠੇ ਨਾ ਹੋ ਜਾਣ। ਹਰ ਕੋਈ ਸਰਕਾਰ ਚਾਹੁੰਦੀ ਹੈ ਕਿ ਵੀ ਸਿੱਖ ਇਕੱਠੇ ਹੋ ਜਾਣਗੇ ਤਾਂ ਬੜੀ ਵੱਡੀ ਤਾਕਤ ਬਣ ਸਕਦੀ ਹੈ, ਜੋ ਇੰਨੇ ਕਰੋੜਾਂ 'ਚ, ਕਰੋੜਾਂ ਦੇ ਵਿੱਚ ਇੰਨੇ ਕਰੋੜਾਂ ਬੰਦਿਆਂ ਨੂੰ ਲੰਗਰ ਖਿਲਾ ਸਕਦੇ, ਜੇ ਆਪਣੇ ਆਦਮੀ ਇਕੱਠੇ ਹੋਣਗੇ ਤਾਂ ਕੀ ਕਰ ਲੈਣਗੇ? ਅਤੇ ਉਹ ਸਰਕਾਰ ਨਹੀਂ ਚਾਹੁੰਦੀ ਕਿ ਵੀ ਇਹੋ ਜਿਹਾ ਕੰਮ ਹੋਣ, ਇਕੱਠੇ ਹੋਣ ਤਾਂ ਜੇ ਇਕੱਠੇ ਹੋ ਗਏ ਤਾਂ ਅਸੀਂ, ਇਸ ਲਈ ਸਿੱਖ ਏਕਤਾ ਬਹੁਤ ਜ਼ਰੂਰੀ ਹੈਗੀ ਆਪਣੇ ਸਿੱਖ ਪੰਥ ਵਾਸਤੇ। ਹਬੀਰ ਜੀ, ਮੈਂ ਇੱਕ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਵੀ ਜਿੱਦਾਂ ਤੁਸੀਂ ਪੰਥ ਏਕਤਾ ਦੀ ਗੱਲ ਕੀਤੀ ਹੈ, ਜੇ ਪੂਰਾ ਪੰਥ ਇੱਕ ਸਟੇਜ 'ਤੇ ਆ ਜਾਵੇ, ਇੱਕ ਝੰਡੇ ਥੱਲੇ ਆ ਜਾਵੇ, ਇੱਕ ਗੱਲ ਕਰੇ, ਲੱਗਦਾ ਨਹੀਂ ਕਿ ਅਸੀਂ ਉਹ ਮੰਜ਼ਿਲ ਪ੍ਰਾਪਤ ਕਰ ਲਾਂਗੇ ਜਿਹਨਾਂ ਤੋਂ ਅਸੀਂ ਅਜੇ ਦੂਰ? ਜਿਹੜੇ ਇਸ ਟਾਈਮ ਕੋਸ਼ਿਸ਼ਾਂ ਚੱਲ ਰਹੀਆਂ, ਉਹਦੇ ਨਾਲ ਲੱਗਦਾ ਕਿ ਆਉਣ ਵਾਲੇ ਸਮੇਂ 'ਚ, ਕੁਛ ਸਮੇਂ ਤੋਂ ਜਲਦੀ ਸਾਰੇ ਇੱਕ ਝੰਡੇ ਥੱਲੇ ਜ਼ਰੂਰ ਆ ਜਾਣਗੇ, ਤਾਂ ਹੀ ਅਸੀਂ ਕਾਮਯਾਬੀ ਹੋਵਾਂਗੇ, ਨਹੀਂ ਤਾਂ ਅਸੀਂ ਕਾਮਯਾਬ ਨਹੀਂ ਹੋ ਪਾਵਾਂਗੇ। ਜੀ, ਅਸੀਂ ਦੋ ਗੱਲਾਂ ਤੁਹਾਡੇ ਨਾਲ ਬੜੀਆਂ ਖੁੱਲ੍ਹ ਕੇ ਕਰਨਾ ਚਾਹੁੰਦੇ। ਪਹਿਲਾਂ ਵੀ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨੌਜਵਾਨ ਵਰਗ ਨੂੰ ਅੰਮ੍ਰਿਤਧਾਰੀ ਹੋਣਾ ਬਹੁਤ ਲਾਜ਼ਮੀ ਹੋ ਗਿਆ, ਜਿੰਨਾ ਚਿਰ ਉਹ ਅੰਮ੍ਰਿਤਧਾਰੀ ਨਹੀਂ ਹੁੰਦਾ ਉਹਨੂੰ ਸਿੱਖੀ ਬਾਰੇ ਕੋਈ ਵਿਚਾਰ ਜਾਂ ਸਿੱਖੀ ਬਾਰੇ ਗਿਆਨ, ਸਿੱਖੀ ਦੇ ਇਤਿਹਾਸ ਬਾਰੇ ਕੁਛ ਪਤਾ ਨਹੀਂ। ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਉਹ ਸਿੱਖੀ ਚਾਹੁਣ? ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅੰਮ੍ਰਿਤਧਾਰੀ ਬਣਨ, ਜਿਹੜਾ ਬੱਚਾ ਗੁਰਦੁਆਰੇ ਰੋਜ਼ ਰੂਟੀਨ 'ਚ ਜਾਣ ਲੱਗ ਜਾਏਗਾ,
ਉਹਦੇ ਰੂਟੀਨ 'ਚ ਗੁਰਦੁਆਰਾ ਸਾਹਿਬ ਜਾਣ ਨਾਲ ਹੀ ਉਹਦੇ 'ਚ ਆਪਣੇ ਆਪ ਹੀ ਮਤ ਚੇਂਜ ਹੋ ਜਾਣੀ ਹੈ ਕਿ ਵੀ ਮੈਂ ਸਿੱਖੀ ਵੱਲ ਜਾਣਾ। ਜੇ ਸਾਡੇ ਬੱਚੇ ਗੁਰਦੁਆਰਾ ਸਾਹਿਬ ਨਹੀਂ ਜਾਣਗੇ, ਧਾਰਮਿਕ ਪ੍ਰੋਗਰਾਮਾਂ 'ਚ ਹਿੱਸਾ ਨਹੀਂ ਲੈਣਗੇ, ਤਾਂ ਆਪਣੇ ਆਪ ਹੀ ਉਹ ਸਿੱਖ ਪੰਥ ਤੋਂ ਦੂਰ ਹੁੰਦੇ ਚਲੇ ਜਾਂਦੇ। ਸਾਨੂੰ ਆਪਣੇ ਬੱਚਿਆਂ ਨੂੰ ਚਾਹੇ ਆਪਣੇ ਹੋ ਚਾਹੇ ਕੋਈ ਵੀ, ਉਹਨੂੰ ਪ੍ਰੇਰਣਾ ਚਾਹੀਦਾ ਕਿ ਵੀ ਤੁਸੀਂ ਗੁਰਦੁਆਰੇ ਜਾ ਕੇ ਸੇਵਾ ਕਰਨੀ, ਕੋਈ ਪ੍ਰੋਗਰਾਮ ਹੈ ਸੇਵਾ ਕਰੋ, ਐਟਲੀਸਟ ਗੁਰਦੁਆਰੇ ਡੇਲੀ ਸਾਹਿਬ ਗੁਰਦੁਆਰਾ ਸਾਹਿਬ ਤੁਸੀਂ ਜ਼ਰੂਰ ਜਾਓ, ਜੋ ਮਰਜ਼ੀ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਐਸੇ ਐਸੇ ਤੁਹਾਡੇ ਮਨ ਦੇ ਵਿੱਚ ਖਿਆਲ ਹੈ ਜਿਹੜੇ ਤੁਸੀਂ ਹੁਣ ਕਰਨਾ ਚਾਹੁੰਦੇ ਹੋ ਸਿੱਖ ਉਮਰ? ਆਪਣੇ ਸਭ ਤੋਂ ਵੱਡੀ ਤਾਂ ਆਪਣੀ ਤਾਂ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ, ਕਈ ਬੰਦੇ ਹੁੰਦੇ ਆ ਜਿਹਦਾ ਤੁਸੀਂ ਕਰੋ ਨਾ ਜੋੜਨ ਦਾ ਕੰਮ, ਕਈ ਬੰਦੇ ਕਰਦੇ ਤੋੜਨ ਦਾ, ਆਪਣਾ ਕੰਮ ਰਹਿੰਦਾ ਜੋੜਨ ਦਾ। ਅਸੀਂ ਆਹੀ ਆਏ ਅਸੀਂ ਕੰਮ ਸੀਗੇ, ਅਸੀਂ ਬੰਦੇ ਜੋੜੀਏ, ਆਪਣੇ ਸਿੱਖਾਂ ਨੂੰ ਇਕੱਠੇ ਕਰੀਏ, ਅਤੇ ਪਤਾ ਲੱਗੇ ਕਿ ਵੀ ਕਿ ਸਿੱਖ ਪੰਥ 'ਚ ਹੈ ਏਕਤਾ ਹੈਗੀ ਹੈ। ਅਸੀਂ ਵੀ ਇਸ ਏਰੀਏ 'ਚ ਇੰਨੀ ਸੇਵਾ ਕਰ ਰਹੇ ਹਾਂ, ਇਸ ਏਰੀਏ 'ਚ ਜਿੰਨੀ ਸੰਗਤ ਹੈਗੀ ਹੈ ਇੰਨਾ ਮਾਣ ਦਿੰਦੀ ਹੈ, ਇੰਨਾ ਸਤਿਕਾਰ ਦਿੰਦੀ ਹੈ, ਸਾਰੇ ਹੀ ਸਾਡੇ ਨਾਲ ਡੇਲੀ ਰੂਟੀਨ 'ਚ ਕੋਈ ਨਾ ਕੋਈ ਇੱਕ ਦੋ ਬੰਦੇ ਆਪਣੇ ਜੁੜਦੇ ਹੀ ਜੁੜਦੇ ਹੈਗੇ। ਔਰ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਕਿ ਅਸੀਂ ਸਾਨੂੰ ਜੋੜ ਕੇ ਰੱਖੀਏ ਕਿ ਵੀ ਹੋਰ ਅਸੀਂ ਆਪਣਾ ਮਤਲਬ ਕਿ ਆਪਣੀ ਕੁਆਂਟਿਟੀ ਵਧਾਈਏ, ਆਪਣੀ ਕਪੈਸਿਟੀ ਵਧਾਈਏ ਕਿ ਹਾਂ ਵੀ ਅਸੀਂ ਇਕੱਠੇ ਹੋਈ ਜਾਣੇ, ਤਾਂ ਇਕੱਠੇ ਹੋਵਾਂਗੇ ਅਤੇ ਜੋ ਮਰਜ਼ੀ ਮਸਲਾ ਹੱਲ ਕਰਾ ਲਓ। ਮਹਿੰਦਰ ਸਿੰਘ ਜੀ, ਜਥੇਦਾਰ ਟੀਵੀ ਨਾਲ ਗੱਲਬਾਤ ਕਰਦੇ, ਤੁਹਾਡਾ ਦਿਲ ਤੋਂ ਸ਼ੁਕਰੀਆ। ਅਸੀਂ ਬਹੁਤ ਬਹੁਤ ਧੰਨਵਾਦ ਤੁਹਾਡੇ ਪਿੰਕਾ ਜੀ, ਤੁਹਾਡੇ ਕੈਮਰਾਮੈਨ ਦਾ ਵੀ, ਜਿਨ੍ਹਾਂ ਨੇ ਕੀਮਤੀ ਸਮੇਂ ਕੱਢ ਕੇ ਇੱਥੇ ਆਏ ਅਤੇ ਸਾਡੀ ਵੀ 2 ਮਿੰਟ ਲਈ ਇੰਟਰਵਿਊ ਲਿਆ। ਅਤੇ ਅਸੀਂ ਵੀ ਚਾਹੁੰਦੇ ਜਿਸ ਤਰ੍ਹਾਂ ਤੁਸੀਂ ਸਿੱਖ ਪੰਥ ਦੀ ਸੇਵਾ 'ਚ ਲੱਗੇ ਰਹਿੰਦੇ ਹੋ, ਅਤੇ ਹਰ ਇੱਕ ਰਿਪੋਰਟਰ ਨੂੰ ਵੀ ਆਪਣੀ ਸੱਚੀ ਸੁੱਚੀ ਗੱਲ ਕਹਿਣੀ ਚਾਹੀਦੀ। ਔਰ ਇਹ ਜਿਹੜੀ ਮੀਡੀਆ 'ਤੇ ਕੋਈ ਵੀ ਪ੍ਰੈਸ਼ਰ ਹੀ ਨਹੀਂ ਹੁੰਦਾ ਕਿ ਖੁੱਲ੍ਹੀ ਮੀਡੀਆ ਨੂੰ ਖੁੱਲ੍ਹਾ ਦੇਣਾ ਚਾਹੀਦਾ ਕਿ ਤੁਸੀਂ ਆਪਣਾ ਰਾਈਟ ਹੈ ਤੁਹਾਡਾ, ਤੁਸੀਂ ਹਰ ਮੁੱਦੇ 'ਤੇ ਸਿੱਖ ਪੰਥ ਦਾ ਮੁੱਦਾ ਹੋਵੇ ਜਾਂ ਕੋਈ ਵੀ ਮੁੱਦਾ ਹੋਵੇ, ਮੀਡੀਆ ਰਾਈਟ ਨੂੰ ਕਦੇ ਵੀ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ। ਇਹ ਸਨ ਸਾਹਿਬ ਮਹਿੰਦਰ ਸਿੰਘ ਜੀ, ਸਤਵਜੰਗ ਏਰੀਏ ਦੇ ਮੈਂਬਰ, ਔਰ ਉਹਨਾਂ ਦੇ ਇਰਾਦੇ ਮਜ਼ਬੂਤ ਹੈ ਕਿ ਸਿੱਖੀ ਲਈ ਕੰਮ ਕਰਨਾ, ਮਨੁੱਖਤਾ ਲਈ ਕੰਮ ਕਰਨਾ, ਦੇਸ਼ ਲਈ ਕੰਮ ਕਰਨਾ, ਇਨਸਾਨੀਅਤ ਲਈ ਕੰਮ ਕਰਨਾ। ਦਿਲ 'ਚ ਬਹੁਤ ਵੱਡਾ ਦਰਦ ਵੀ ਕਿਸਾਨਾਂ ਬਾਰੇ, ਮੈਂ ਉਹਦੇ 'ਤੇ ਵੀ ਗੱਲ ਕਰਨਾ ਚਾਹੁੰਦਾ ਸੀ ਪਰ ਮਜਬੂਰੀ ਹੈ ਕਿ ਮੈਂ ਕਰ ਨਹੀਂ ਪਾਇਆ, ਮਾਫੀ। ਫਿਰ ਦਰਦ ਸਿੱਖਣ ਲਈ ਨੌਜਵਾਨਾਂ ਦੇ ਬੱਚਿਆਂ ਵਾਸਤੇ ਵੀ, ਛੋਟੇ ਛੋਟੇ ਬੱਚਿਆਂ ਵਾਸਤੇ ਵੀ, ਉਹ ਬੱਚੇ ਗੁਰਸਿੱਖੀ ਜਾਣ, ਸਾਡੇ ਇਤਿਹਾਸ ਨੂੰ ਪੜ੍ਹਨ, ਉਹ ਇਤਿਹਾਸ ਅੱਗੇ ਵਧੇ ਫੁੱਲੇ। ਜੇ ਨੌਜਵਾਨ ਵਰਗ ਦੀ ਇਹ ਸੋਚ ਪੰਥ ਵਾਸਤੇ ਇੱਦਾਂ ਦੀ ਰਹੀ ਤਾਂ ਉਹ ਵਕਤ ਦੂਰ ਨਹੀਂ ਜਦੋਂ ਏਕਤਾ 'ਚ ਅਸੀਂ ਸਾਰੇ ਜਾਵਾਂਗੇ ਔਰ ਆਪਣੀਆਂ ਮੰਗਾਂ 'ਤੇ ਬੁਲੰਦੀ 'ਤੇ ਆਪਣਾ ਰਾਹ ਚੁਣ ਲਾਂਗੇ। ਮੈਂ ਹੁਸ਼ਨੇਕ ਸਿੰਘ, ਪਿੰਕਾ ਜੱਤ ਦਾ ਟੀਵੀ, ਸਫਤਰਜੰਗ ਤੋਂ ਮੇਰਾ ਸਾਥੀ।